ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨਪ੍ਰੀਤ ਕੌਰ ਤੇ ਮੈਂ ਆ ਸੁਮਨਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 23 ਅਗਸਤ 2022 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ ਕੁਐਸ਼ਨ ਹਰੇ ਕੁਐਸ਼ਨ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਤੇ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕੁਐਸਚਨ ਨੰਬਰ 1 ਹਾਲ ਹੀ ਵਿੱਚ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਕਿਸ ਦੇ ਨਾਮ ਤੇ ਰੱਖਿਆ ਗਿਆ ਹੈ ਹਾਂਜੀ ਰੀਸੈਂਟਲੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਿਆ ਗਿਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਭਾਰਤ ਦੇ ਕਿਸ ਸਾਬਕਾ ਪ੍ਰਧਾਨ ਮੰਤਰੀ ਦੇ ਜਨਮ ਦਿਨ ਤੇ ਸਦਭਾਵਨਾ ਦਿਵਸ ਬਣਾਇਆ ਗਿਆ ਹਾਂਜੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਹੈ ਰਾਜੀਵ ਗਾਂਧੀ ਤੇ ਇਹਨਾਂ ਦਾ ਜਨਮ ਦਿਨ ਹੁੰਦਾ 20 ਅਗਸਤ ਨੂੰ ਤੇ ਇਹਨਾਂ ਦੇ ਜਨਮ ਦਿਨ ਤੇ ਹੀ ਸਦਭਾਵਨਾ ਦਿਵਸ ਬਣਾਇਆ ਗਿਆ ਆਪਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਨਸਰ ਹੈ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਕਦੋਂ ਮਨਾਇਆ ਗਿਆ ਹੈ ਹਾਂਜੀ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਕਦੋਂ ਮਨਾਇਆ ਗਿਆ ਹੈ 21 ਅਗਸਤ ਨੂੰ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹਾਂਜੀ ਸੀਨੀਅਰ ਸਿਟੀਜ਼ਨ ਨਾਗਰੀਕਾਂ ਦੇ ਯੋਗਦਾਨ ਨੂੰ ਪਛਾਣਨ ਅਤੇ ਉਹਨਾਂ ਦੀ ਵੱਧਦੀ ਉਮਰ ਵਿੱਚ ਉਹਨਾਂ ਦਾ ਸਹਿਯੋਗ ਕਰਨ ਦੇ ਲਈ ਹਰੇਕ ਸਾਲ ਆ ਵਿਸ਼ਵ ਸੀਨੀਅਰ ਸਿਟੀਜ਼ਨ ਦਿਵਸ ਮਨਾਇਆ ਜਾਂਦਾ ਹੈ ਠੀਕ ਹੈ ਕਦੋਂ ਮਨਾਇਆ ਜਾਂਦਾ 21 ਅਗਸਤ ਨੂੰ ਹੁਣ ਅਸੀਂ ਗੱਲ ਕਰ ਰਹੇ ਹਾਂ ਅਗਸਤ ਦੇ ਇੰਪੋਰਟੈਂਟ ਡੇ ਦੇ ਬਾਰੇ ਤਾਂ ਰੀਸੈਂਟਲੀ ਜਿੰਨੇ ਵੀ ਇੰਪੋਰਟੈਂਟ ਡੇ ਮਨਾਏ ਗਏ ਆ ਉਹ ਵੀ ਮੈਂ ਬਿਲਕੁਲ ਸੀਕੁਐਂਸ ਵਾਈਜ਼ ਲਿਖ ਦਿੱਤੇ ਆ ਤਾਂ ਅਸੀਂ ਉਹਨਾਂ ਨੂੰ ਵੀ ਰਿਵਾਈਜ਼ ਕਰ ਲੈਣੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਲਾਸਟ ਤੋਂ ਸਟਾਰਟ ਕਰਦੇ ਆ ਅਸੀਂ 20 ਅਗਸਤ ਦੀ ਜਿਹੜਾ ਕਿ ਮੈਂ ਤੁਹਾਨੂੰ ਨਹੀਂ ਕਰਵਾਇਆ ਅਸੀਂ ਕਰੰਟ ਅਫੇਅਰ ਦੇ ਵਿੱਚ ਤਾਂ 20 ਅਗਸਤ ਨੂੰ ਤੁਸੀਂ ਦੇਖ ਸਕਦੇ ਹੋ 20 ਅਗਸਤ ਨੂੰ ਮਨਾਇਆ ਗਿਆ ਵਿਸ਼ਵ ਮੱਛਰ ਦਿਵਸ ਮੱਛਰ ਦੇ ਕੱਟਣ ਨਾਲ ਹੋਣ ਬਿਮਾਰੀਆਂ ਤੇ ਬਚਾਅ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹਰ ਸਾਲ 20 ਅਗਸਤ ਨੂੰ ਵਿਸ਼ਵ ਮੱਛਰ ਦਿਵਸ ਮਨਾਇਆ ਜਾਂਦਾ ਅਸਲ ਦੇ ਵਿੱਚ 20 ਅਗਸਤ ਨੂੰ ਹੀ 1897 ਦੇ ਵਿੱਚ 20 ਅਗਸਤ 1897 ਦੇ ਵਿੱਚ ਬ੍ਰਿਟਿਸ਼ ਡਾਕਟਰ ਸੀ ਰੋਨਾਲਡ ਰੋਸ ਤੇ ਇਹਨਾਂ ਨੇ ਮੱਦਾ ਐਨੋਫਲੀਜ਼ ਮੱਛਰ ਦੀ ਖੋਜ ਕੀਤੀ ਸੀ ਮੱਦਾ ਐਨੋਫਲੀਜ਼ ਮੱਛਰ ਦੇ ਨਾਲ ਹੀ ਮਲੇਰੀਆ ਹੁੰਦਾ ਵਾ ਤੇ ਇਸ ਕਰਕੇ 20 ਅਗਸਤ ਨੂੰ ਵਿਸ਼ਵ ਮੱਛਰ ਮਲੇਰੀਆ ਦਿਵਸ ਮਨਾਇਆ ਜਾਂਦਾ ਹੈ ਤੇ 19 ਅਗਸਤ ਨੂੰ ਵਿਸ਼ਵ ਮਾਨ ਮਾਨਵਤਾਵਾਦੀ ਦਿਵਸ ਮਨਾਇਆ ਜਾਂਦਾ ਤੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਜਾਂਦਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਤੇ 17 ਅਗਸਤ ਨੂੰ ਪਾਰਸੀ ਨਵਾਂ ਸਾਲ ਇੰਡੋਨੇਸ਼ੀਆਈ ਸੁਤੰਤਰਤਾ ਦਿਵਸ ਮਨਾਇਆ ਗਿਆ 16 ਅਗਸਤ ਨੂੰ ਵੈਨਿੰਗਟਨ ਵੈਟਰਡੇ ਮਨਾਇਆ ਗਿਆ 14 ਅਗਸਤ ਨੂੰ ਵੰਡ ਦਾ ਯਾਦਗਾਰ ਦਿਵਸ ਮਨਾਇਆ ਗਿਆ ਤੇ ਪਾਕਿਸਤਾਨ ਦਾ ਸਤੰਤਰਤਾ ਦਿਵਸ ਮਨਾਇਆ ਗਿਆ ਠੀਕ ਹੈ ਤੇ ਆਪਾਂ 15 ਅਗਸਤ ਨੂੰ ਮਨਾਉਂਦੇ ਆ ਸਤੰਤਰਤਾ ਦਿਵਸ 13 ਅਗਸਤ ਨੂੰ ਵਿਸ਼ਵ ਅੰਗਦਾਨ ਦਿਵਸ ਮਨਾਇਆ ਗਿਆ 12 ਅਗਸਤ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਵਿਸ਼ਵ ਹਾਥੀ ਦਿਵਸ ਤੇ ਵਿਸ਼ਵ ਸਾਂਸਕ੍ਰਿਤਿਕ ਦਿਵਸ ਮਨਾਇਆ ਗਿਆ 10 ਅਗਸਤ ਨੂੰ ਵਿਸ਼ਵ ਬਾਇਓਫਿਊਲ ਦਿਵਸ ਮਨਾਇਆ ਗਿਆ ਵਿਸ਼ਵ ਸੇਰ ਦਿਵਸ ਮਨਾਇਆ ਗਿਆ 9 ਅਗਸਤ ਨੂੰ ਵਿਸ਼ਵ ਕਵਾਇਲੀ ਦਿਵਸ ਮਨਾਇਆ ਗਿਆ ਤੇ ਵਿਸ਼ਵ ਨਾਗਾਸਾਕੀ ਦਿਵਸ ਮਨਾਇਆ ਗਿਆ 8 ਅਗਸਤ ਨੂੰ ਭਾਰਤ ਸ਼ੱਡੋ ਅੰਦੋਲਨ ਦੇਵਸ ਮਨਾਇਆ ਗਿਆ 7 ਅਗਸਤ ਨੂੰ ਰਾਸ਼ਟਰੀ ਹੈਂਡਨੋਮ ਦਿਵਸ ਰਾਸ਼ਟਰੀ ਜ਼ੈਵਲਿਨ ਥਰੋ ਦਿਵਸ ਮਨਾਇਆ ਗਿਆ 6 ਅਗਸਤ ਨੂੰ ਹੀਰੋਸੀਮਾ ਦਿਵਸ ਮਨਾਇਆ ਗਿਆ 5 ਅਗਸਤ ਨੂੰ ਅੰਤਰਰਾਸ਼ਟਰੀ ਟ੍ਰੈਫਿਕ ਲਾਈਟ ਡੇ ਮਨਾਇਆ ਗਿਆ 2 ਅਗਸਤ ਨੂੰ ਪਿੰਗਲੀ ਵੈਂਕਈਆ ਦੀ 146 ਮੇ ਜਨਮ ਦਿਨ ਮਨਾਇੀ ਗਈ 1 ਅਗਸਤ ਨੂੰ ਮੁਸਲਿਮ ਮੈਲਾ ਅਧਿਕਾਰ ਦਿਵਸ ਅਤੇ ਵਿਸ਼ਵ ਫੇਫੜੇ ਦੇ ਕੈਂਸਰ ਦਿਵਸ ਮਨਾਇਆ ਗਿਆ ਹਾਂਜੀ ਇਹਨਾਂ ਤੁਸੀਂ ਯਾਦ ਰੱਖਣਾ ਅਗਸਤ ਦੇ ਇੰਪੋਰਟੈਂਟ ਡੇ ਦੇ ਬਾਰੇ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਐਕਵਾ ਬਾਜ਼ਾਰ ਕਿਸ ਨੇ ਸ਼ੁਰੂ ਕੀਤਾ ਹਾਂਜੀ ਸਾਡੇ ਕੇਂਦਰੀ ਮੰਤਰੀ ਮੱਛੀ ਪਾਲਣ ਪਸ਼ੂ ਪਾਲਣ ਡੈਰੀ ਮੰਤਰੀ ਆ ਪੁਰਸ਼ੋਤਮ ਰੁਪਾਲਾ ਤੇ ਇਹਨਾਂ ਨੇ ਐਕਵਾ ਬਾਜ਼ਾਰ ਸ਼ੁਰੂ ਕੀਤਾ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਂਸਰ ਨੈਕਸਟ ਕੁਐਸ਼ਨ ਕੇਸ ਰਾਜ ਨੇ ਹਾਲ ਨਹੀਂ ਵਿੱਚ ਰਾਜ ਦੇ ਕਰਮਚਾਰੀਆਂ ਦੇ ਡੀਏ ਵਿੱਚ 3% ਦਾ ਵਾਧੇ ਦਾ ਐਲਾਨ ਕੀਤਾ ਹਾਂਜੀ ਰੀਸੈਂਟਲੀ ਮਹਾਰਾਸ਼ਟਰ ਰਾਜ ਨੇ ਮਹਿੰਗਾਈ ਪੱਤੇ ਦੇ ਵਿੱਚ ਰਾਜ ਦੇ ਕਰਮਚਾਰੀਆਂ ਦੇ ਮਹਿੰਗਾਈ ਪੱਤੇ ਦੇ ਵਿੱਚ 3 3% 3% ਵਾਧੇ ਦਾ ਐਲਾਨ ਕੀਤਾ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਮਹਾਰਾਸ਼ਟਰ ਗਵਰਨਮੈਂਟ ਨੇ ਰਾਜ ਦੇ ਕਰਮਚਾਰੀਆਂ ਦੇ ਡੀਏ ਦੇ ਵਿੱਚ 3% ਵਾਧੇ ਦਾ ਐਲਾਨ ਕੀਤਾ ਹੁਣ ਮਹਾਰਾਸ਼ਟਰ ਨੇ ਕੀਤਾ অপਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਠੀਕ ਹੈ ਜੇ ਮਹਾਰਾਸ਼ਟਰ ਨੇ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਕੀ ਆ ਮੁੰਬਈ ਇੱਥੋਂ ਦੇ ਚੀਫ ਮਿਨਿਸਟਰ ਆ ਇਕਨਾਥ शिंदे ਇਥੋਂ ਦੇ ਗਵਰਨਰ ਆ ਭਗਤ ਸਿੰਘ ਖੋਸ਼ਿਆਰੀ ਮਹਾਰਾਸ਼ਟਰ ਦੇ ਵਿੱਚ ਸੰਜੇ ਗਾਂਧੀ ਨੈਸ਼ਨਲ ਪਾਰਕ ਆ ਗੋਗੂਮਲ ਨੈਸ਼ਨਲ ਪਾਰਕ ਆ ਨਵੇਂ گاਉਂ ਨੈਸ਼ਨਲ ਪਾਰਕ ਆ ਮਹਾਰਾਸ਼ਟਰ ਦੀ ਹਿਸਟਰੀ ਦੇ ਬੇਸਡ ਇੱਕ ਬੁੱਕ ਲਿਖੀ ਗਈ ਸੀ ਜਿਸ ਦਾ ਨਾਮ ਆ ਸ਼ਿਵਾਜੀ ਇਨ ਸਾਊਥ ਬਲੌਕ ਦਾ ਅਨਰੀਟਨ ਹਿਸਟਰੀ ਆਫ ਪ੍ਰਾਊਡ ਪੀਪਲ ਇਹ ਬੁੱਕ ਲਿਖੀ ਹੈ ਗਿਰਿਸ਼ ਕੁਬੇਰ ਨੇ ਮਹਾਰਾਸ਼ਟਰ ਦੇ ਵਿੱਚ ਲੋਨਾਰ ਝੀਲ ਆ ਉਜਾਨੀ ਡੈਮ ਆ ਜੈਕਵਾਰੀ ਡੈਮ ਕੋਇਨਾ ਡੈਮ ਆ ਠੀਕ ਹੈ ਭਾਰਤ ਦਾ ਪਹਿਲਾ ਖੇਤੀ ਨਿਰਜਾਤ ਸੁਵਿਧਾ ਕੇਂਦਰ ਮਹਾਰਾਸ਼ਟਰ ਦੇ ਪੂਨੇ ਦੇ ਵਿੱਚ ਬਣਿਆ ਮਾਈਗ੍ਰੇਸ਼ਨ ਟਰੈਕਿੰਗ ਐਪ ਵਿਕਸਿਤ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣਿਆ ਮਹਾਰਾਸ਼ਟਰ ਤੇ ਭਾਰਤ ਦੇ ਕਿਹੜੇ ਰਾਜ ਦੇ ਵਿੱਚ ਸੂਤੀ ਕੱਪੜੇ ਸਭ ਤੋਂ ਵੱਧ ਬਣਾਏ ਸੂਤੀ ਕੱਪੜੇ ਦੇ ਕਾਰਖਾਨੇ ਆ ਮਹਾਰਾਸ਼ਟਰ ਦੇ ਵਿੱਚ ਔਰਨ ਦੇ ਕਾਰਖਾਨੇ ਪੰਜਾਬ ਦੇ ਵਿੱਚ ਆ ਠੀਕ ਹੈ ਭਾਰਤ ਵਿੱਚ ਮੂੰਗਫਲੀ ਦਾ ਉਤਪਾਦਨ ਸਭ ਤੋਂ ਵੱਧ ਕੌਣ ਕਰਦਾ ਮਹਾਰਾਸ਼ਟਰ ਰੀਸੈਂਟਲੀ ਇਕੁਇਟਾਸਮ ਆਲ ਫਾਈਨੈਂਸ ਬੈਂਕ ਨੇ ਮਹਾਰਾਸ਼ਟਰ ਰਾਜ ਦੇ ਸਰਕਾਰ ਦੇ ਨਾਲ ਪਾਈਵਲੀ ਕੀਤੀ ਮਹਾਰਾਸ਼ਟਰ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਐਂਟੀ ਨਾਰਕੋਟਿਕਸ ਸੈੱਲ ਸਥਾਪਿਤ ਕਰਨ ਦੀ ਕੋਸ਼ਿਸ਼ਾਂ ਕੀਤੀ ਗਈ ਠੀਕ ਹੈ ਜੀ ਤੇ ਦੇਸ਼ ਦੀ ਪਹਿਲੀ ਇਲੈਕਟ੍ਰਿਕ ਡਬਲ ਡੈਕਰ ਏਸੀ ਬੱਸ ਮੁੰਬਈ ਦੇ ਵਿੱਚ ਸ਼ੁਰੂ ਹੋਈ ਮਹਾਰਾਸ਼ਟਰ ਸਰਕਾਰ ਨੇ ਦਹੀਂ ਹਾਂਡੀ ਨੂੰ ਖੇਡਾਂ ਦਾ ਦਰਜਾ ਦੇਣ ਦਾ ਐਲਾਨ ਕੀਤਾ ਭਾਰਤ ਦੇ ਨਾਗਪੁਰ ਵਿੱਚ ਸਭ ਤੋਂ ਲੰਬੇ ਡਬਲ ਡੈਕਰ ਫਲਾਈਓਵਰ ਦਾ ਰਿਕਾਰਡ ਬਣਾਇਆ ਮਹਾਰਾਸ਼ਟਰ ਨੇ ਮਹਾਰਾਸ਼ਟਰ ਭਾਰਤ ਦੇ ਵਿੱਚ ਖੰਡ ਦਾ ਸਭ ਤੋਂ ਵੱਡਾ ਉਤਪਾਦਕ ਬਣ ਗਿਆ ਮਹਾਰਾਸ਼ਟਰ ਕੈਬਨਿਟ ਨੇ ਜੀਨ ਬੈਂਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਆ ਨੈਕਸਟ ਕੁਐਸ਼ਨ ਕਿਸ ਦੇਸ਼ ਦੇ ਹਾਲ ਹੀ ਵਿੱਚ 750 ਬਿਲੀਅਨ ਡਾਲਰ ਜਲਵਾਯੂ ਪਰਿਵਰਤਨ ਅਤੇ ਸਿਹਤ ਦੇਖਭਾਲ ਬਿੱਲ ਤੇ ਦਸਖਤ ਕੀਤੇ ਹਨ ਹਾਂਜੀ ਕਿਸ ਦੇਸ਼ ਨੇ 750 ਬਿਲੀਅਨ ਡਾਲਰ ਦੇ ਵਿੱਚ ਜਲਵਾਯੂ ਪਰਿਵਰਤਨ ਅਤੇ ਸਿਹਤ ਦੇਖਭਾਲ ਬਿੱਲ ਤੇ ਦਸਖਤ ਕੀਤੇ ਹਨ ਯੂ ਐਸ اے ਨੇ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਹੁਣ ਯੂ ਐਸ اے ਨੇ ਕੀਤੇ ਆ ਤਾਂ ਯੂ ਐਸ اے ਦੀ ਕੈਪੀਟਲ ਕੀ ਆ ਵਾਸ਼ਿੰਗਟਨ ਡੀ ਸੀ ਇਥੋਂ ਦੀ ਕਰੰਸੀ ਕੀ ਆ ਹਾਂਜੀ ਯੂ ਐਸ اے ਦੀ ਕਰੰਸੀ ਕੀ ਆ ਅਮਰੀਕਨ ਡਾਲਰ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਯੂਕੇ ਯੂਐਸਏ ਦੇ ਪ੍ਰੈਜ਼ੀਡੈਂਟ ਕੌਣ ਨੇ ਜੋ ਬਾਈਡਨ ਇਹਨਾਂ ਦੀਆਂ ਦੋ ਬੁੱਕਸ ਇੰਪੋਰਟੈਂਟ ਆ ਇੱਕ ਦਾ ਨਾਮ ਆ ਪ੍ਰੋਮਿਸ ਮੀ ਡੈਡ ਦੂਸਰੀ ਦਾ ਨਾਮ ਆ ਪ੍ਰੋਮਿਸ ਟੂ ਕੀਪ ਇਥੋਂ ਦੇ ਵਾਇਸ ਪ੍ਰੈਜ਼ੀਡੈਂਟ ਆ ਕਮਲਾ ਹੈਰਿਸ ਇਹਨਾਂ ਦੀਆਂ ਤਿੰਨ ਬੁੱਕਸ ਇੰਪੋਰਟੈਂਟ ਆ ਸੁਪਰ ਹੀਰੋਜ਼ ਆਰ 에ਵਰੀਵੇਅਰ ਸੈਕੰਡ ਆ ਦਾ ਟਰੂਥਸ ਵੀ ਹੋਲਡ ਥਰਡ ਆ ਸਮਾਰਟ ਔਨ ਗ੍ਰੈਮ ਇੱਕ ਦਹਾਕੇ ਦੇ ਵਿੱਚ ਅਮਰੀਕਾ ਦੇ ਵਿੱਚ ਪੋਲੀਓ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਅਮਰੀਕੀ ਸੈਨੇਟ ਦੇ ਗਨ ਕੰਟਰੋਲ ਵਿਲ ਪਾਸ ਕੀਤਾ ਅਮਰੀਕਾ ਨੇ ਆਰਤੀ ਪ੍ਰਭাকর ਨੂੰ ਅਮਰੀਕੀ ਰਾਸ਼ਟਰਪਤੀ ਦਾ ਵਿਗਿਆਨ ਸਲਾਹਕਾਰ ਅਪੁਆਇੰਟ ਕੀਤਾ ਗਿਆ ਭਾਰਤ ਇਜ਼ਰਾਈਲ ਯੂਏਈ ਅਤੇ ਅਮਰੀਕਾ ਨੇ ਇੱਕ ਨਵਾਂ ਹਾਂਜੀ ਇੱਥੇ ਸਪੈਲਿੰਗ ਮਿਸਟੇਕ ਆ ਨਵਾਂ I2 YouTube ਅਭਿਆਨ ਜਿਹੜਾ ਸਮੂਹ ਆ ਜਿਹੜਾ ਇਹ ਬਣਾਇਆ ਠੀਕ ਹੈ ਭਾਰਤ ਇਜ਼ਰਾਈਲ ਅਤੇ ਯੂਏਈ ਅਤੇ ਅਮਰੀਕਾ ਨੇ US ਨਿਰਮਤ ਸੁਪਰ ਕੰਪਿਊਟਰ ਫਰੰਟੀਅਰ ਨੇ ਫੁਗਾਕੂ ਨੂੰ ਹਾਂਜੀ USA ਦੁਆਰਾ ਇੱਕ ਕੰਪਿਊਟਰ ਬਣਾਇਆ ਗਿਆ ਸੀਗਾ ਜਿਸ ਦਾ ਨਾਮ ਆ ਸੁਪਰ ਕੰਪਿਊਟਰ ਫਰੰਟੀਅਰ ਤੇ ਇਸ ਨੇ ਜਾਪਾਨ ਦੇ ਫੁਗਾਕੂ ਕੰਪਿਊਟਰ ਨੂੰ ਪਿੱਛੇ ਛੱਡ ਦਿੱਤਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਕਿਸ ਨੇ ਭਾਰਤ ਦਾ ਪਹਿਲਾ 골ਡ ਅਤੇ ਸਿਲਵਰ ਫੰਡ ਪੇਸ਼ ਕੀਤਾ ਹਾਂਜੀ ਭਾਰਤ ਦਾ ਪਹਿਲਾ ਵੈਰੀ ਵੈਰੀ ਇੰਪੋਰਟੈਂਟ 골ਡ ਅਤੇ 골ਡ ਅਤੇ ਸਿਲਵਰ ਫੰਡ ਪੇਸ਼ ਕੀਤਾ ਵਾ ਨੇ ਪੇਸ਼ ਕੀਤਾ ਵਾ ਐਡਲ ਵਾਈਸ ਮਿਊਚੁਅਲ ਫੰਡ ਨੇ অপশন ਨੰਬਰ এ ਇਸ ਕੁਐਸ਼ਨ ਦਾ রাইਟ ਆਂਸਰ ਹੈ नेक्स्ट ਕੁਐਸ਼ਨ ਕੇਸ ਕੇਸ ਕੰਪਨੀ ਨੂੰ ਹਾਲ ਹੀ ਵਿੱਚ ਏਸ਼ੀਆ ਦਾ ਸਰਵੋਤਮ ਰੋਜ਼ਗਾਰਦਾਤਾ ਬ੍ਰਾਂਡ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਂਜੀ ਏਸ਼ੀਆ ਦਾ ਸਰਵੋਤਮ ਰੋਜ਼ਗਾਰਦਾਤਾ ਬ੍ਰਾਂਡ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਐਨਟੀਪੀਸੀ ਨੂੰ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਜਾਨਿ ਕਿ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਇਸ ਦੀ ਸਥਾਪਨਾ ਹੋਈ ਸੀ 1975 ਦੇ ਵਿੱਚ। ਇਸ ਦਾ ਹੈੱਡਕੁਆਟਰ ਆ ਨਵੀਂ ਦਿੱਲੀ ਦੇ ਵਿੱਚ। ਐਟ ਪ੍ਰੈਜ਼ੈਂਟ ਇਸ ਦੇ ਸੀਈਓ ਐਮ ਡੀ ਕੌਣ ਨੇ ਗੁਰਦੀਪ ਸਿੰਘ। ਨੈਕਸਟ ਕੁਐਸ਼ਨ ਅਸੀਂ ਕਰਦੇ ਹਾਂ ਜੀ ਹਾਲ ਹੀ ਵਿੱਚ ਕਿਸ ਰਾਜ ਵਿੱਚ VRO ਸਟੀਲ ਸਲੈਂਗ ਰੋਡ ਬਣਾਏਗਾ ਹਾਂਜੀ VRO ਯਾਨੀ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਸਟੀਲ ਸਲੈਂਗ ਰੋਡ ਬਣਾਏਗਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹੁਣ ਅਰੁਣਾਚਲ ਪ੍ਰਦੇਸ਼ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਅਰੁਣਾਚਲ ਪ੍ਰਦੇਸ਼ ਅਰੁਣਾਚਲ ਪ੍ਰਦੇਸ਼ ਦੀ ਕੈਪੀਟਲ ਕੀ ਹੈ ਇਟਾ ਨਗਰ ਇੱਥੋਂ ਦੇ ਚੀਫ ਮਿਨਿਸਟਰ ਆ ਪੇਮਾ ਖਾਂਡੂ ਇੱਥੋਂ ਦੇ ਗਵਰਨਰ ਆ ਬਿਰਗੇਡੀਅਰ ਬੀਡੀ ਮਿਸਰਾ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਰਰਿਨਮ ਨਾਮ ਦੀ ਜਨਜਾਤੀ ਪਾਈ ਜਾਂਦੀ ਹੈ ਇਹ ਆਪਣੇ ਆਪ ਨੂੰ ਲੋਕਡਾਊਨ ਦੇ ਵਿੱਚ ਲੈ ਜਾਂਦੀ ਯਾਨੀ ਕਿ ਆਪਣੇ ਆਪ ਨੂੰ ਕੁਝ ਸਮੇਂ ਦੇ ਲਈ ਆਈਸੋਲੇਟ ਕਰ ਲੈਂਦੀ ਆ ਪੱਕੇ ਟਾਈਗਰ ਰਿਜ਼ਰਵ ਅਰੁਣਾਚਲ ਪ੍ਰਦੇਸ਼ ਦੇ ਵਿੱਚਾਂ ਨਾਮਦਫਾ ਨੈਸ਼ਨਲ ਪਾਰਕ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦਾ ਪਹਿਲਾ ਨਾਮ ਕੀ ਸੀ ਨੇਫਾ ਨੈਕਸਟ ਹਾਲ ਹੀ ਵਿੱਚ ਏ ਏ ਆਈ ਦੁਆਰਾ ਵਕੀਲ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਏ ਏ ਆਈ ਦੁਆਰਾ ਕਿਸ ਨੂੰ ਐਡਵੋਕੇਟ ਅਪਾਇੰਟ ਕੀਤਾ ਗਿਆ ਹੈ ਤੇ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਬੀ ਸੰਜੇ ਮਹਲਾ ਨੂੰ অপਸ਼ਨ ਨੰਬਰ ਬੀ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਹੁਣ ਏ ਏ ਆਈ ਜਾਨੀ ਕਿ 에어ਪੋਰਟ 에어ਪੋਰਟ ਅਥਾਰਟੀ ਆਫ ਇੰਡੀਆ 에어ਪੋਰਟ ਅਥਾਰਟੀ ਆਫ ਇੰਡੀਆ ਦੁਆਰਾ ਆਪਣਾ ਜੋ ਐਡਵੋਕੇਟ ਹੈ ਉਹਨne ਨਿਯੁਕਤ ਕੀਤਾ ਗਿਆ ਸੰਜੇ ਮਹਲਾ ਨੂੰ ਤੇ ਹੁਣ ਸੰਜੇ ਮਹਲਾ ਨੂੰ ਕੀਤਾ ਗਿਆ ਤਾਂ AAI AAI ਦੇ ਫੁੱਲ ਫਾਰਮ ਕੀ ਹੈ 에어ਪੋਰਟ ਅਥਾਰਟੀ ਆਫ ਇੰਡੀਆ ਇਸ ਦੀ ਸਥਾਪਨਾ ਹੋਈ 1995 ਦੇ ਵਿੱਚ ਇਸ ਦਾ ਹੈੱਡਕੁਆਟਰ ਆ ਨਵੀਂ ਦਿੱਲੀ ਦੇ ਵਿੱਚ ਐਟ ਪ੍ਰੈਸੈਂਟ ਇਸ ਦੇ ਚੇਅਰਮੈਨ ਕੌਣ ਨੇ ਸੰਜੀਵ ਕੁਮਾਰ ਨੈਕਸਟ ਕੁਐਸਚਨ ਹਾਲ ਹੀ ਵਿੱਚ ਕਿਸ ਰਾਜ ਦੇ ਗਵਰਨਰ ਨੇ ਕਲਾਨਮਨ ਨਾਮਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਹਾਂਜੀ ਕਿਤਾਬ ਦਾ ਨਾਮ ਆ ਕਲਾਮਣ ਤੇ ਕਿਹੜੇ ਰਾਜ ਦੇ ਗਵਰਨਰ ਨੇ ਪ੍ਰਕਾਸ਼ਿਤ ਕੀਤੀ ਆ Rajasthan ਦੇ ਗਵਰਨਰ ਨੇ ਪ੍ਰਕਾਸ਼ਿਤ ਕੀਤੀ ਹੈ ਇਹ ਕਿਤਾਬ ਜਿਸ ਦਾ ਨਾਮ ਆ ਕਲਾਮਣ ਇਹ ਤੁਸੀਂ ਯਾਦ ਰੱਖਣਾ অপਸ਼ਨ ਨੰਬਰ ਸੀ ਇਸ ਕੁਐਸ਼ਨ ਦਾ ਰਾਈਟ ਆਂਸਰ ਹੈ ਕਾਲਾਮਾਣਾ ਵੀ ਆ ਸਕਦਾ ਤੁਹਾਨੂੰ ਲਿਖਿਆ ਹੋਇਆ ਠੀਕ ਹੈ ਇਹ ਟ੍ਰਾਂਸਲੇਟ ਜਦੋਂ ਵੀ ਮਤਲਬ ਕਿ ਮੰਨ ਲਓ ਉਹਨਾਂ ਨੇ ਇੰਗਲਿਸ਼ ਚ ਕੁਐਸ਼ਨ ਚੱਕ ਲਿਆ ਤਾਂ ਉਹਦੇ ਵਿੱਚ ਕਾਲਾਮਾਣਾ ਵੀ ਆ ਸਕਦਾ ਠੀਕ ਹੈ ਜੀ ਤੇ ਇਹ ਜਿਹੜੀ ਬੁੱਕ ਆ ਇਹ ਅਸੀਂ ਗੱਲ ਕੀਤੀ ਹੈ ਪ੍ਰਕਾਸ਼ਿਤ ਕਰਨ ਦੀ ਇਹ ਤੇ ਰਾਜਸਥਾਨ ਦੇ ਗਵਰਨਰ ਨੇ ਕੀਤੀ ਆ ਪਰ ਲਿਖੀ ਕਿਸ ਨੇ ਆ ਰਾਜੇਸ਼ ਵਿਆਸ ਨੇ ਲਿਖੀ ਆ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਨੈਕਸਟ ਕੁਐਸ਼ਨ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਰਾਜਸਥਾਨ ਦੇ ਗਵਰਨਰ ਨੇ ਕੀਤੀ ਆ ਤਾਂ ਰਾਜਸਥਾਨ ਦੀ ਕੈਪੀਟਲ ਕੀ ਹੈ ਜੈਪੁਰ ਇੱਥੋਂ ਦੇ ਚੀਫ ਮਿਨਿਸਟਰ ਅਸ਼ੋਕ ਗਹਿलोत ਇੱਥੋਂ ਦੇ ਗਵਰਨਰ ਆ ਕਲਰਾਜ ਮਿਸਰਾ ਇਹਨਾਂ ਨੇ ਹੀ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਆ ਨੈਕਸਟ ਦੇਖ ਸਕਦੇ ਹੋ ਤੁਸੀਂ Rajasthan ਸਰਕਾਰ ਨੇ ਮੁੱਖ ਮੰਤਰੀ ਅਨੁਪ੍ਰੀਤੀ ਕੋਚਿੰਗ ਯੋਜਨਾ ਸ਼ੁਰੂ ਕੀਤੀ ਇਸ ਦੇ ਵਿੱਚ ਕੀ ਆ ਮੁੱਖ ਮੰਤਰੀ ਅਨੁਪ੍ਰੀਤੀ ਕੋਚਿੰਗ ਯੋਜਨਾ ਦੇ ਵਿੱਚ ਕਿ ਜਿਹੜੇ ਬੱਚੇ ਆਰਥਿਕ ਤੌਰ ਤੇ ਗਰੀਬ ਆ ਆਰਥਿਕ ਤੌਰ ਤੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਉਹਨਾਂ ਨੂੰ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਵਾਈ ਜਾਵੇਗੀ ਠੀਕ ਹੈ ਤੇ Rajasthan ਸਰਕਾਰ ਗ੍ਰੈਜੂਏਟਾਂ ਲਈ ਟੈਂਕ ਟੈਕ ਸੈਂਟਰ ਦਾ ਉਦਘਾਟਨ ਕਰੇਗੀ ਸੰਤੋਸ਼ ਕੁਮਾਰ ਨੂੰ ਰਾਜਸਥਾਨ ਟੈਕਨੀਕਲ ਯੂਨੀਵਰਸਿਟੀ ਦਾ ਵਾਇਸ ਚਾਂਸਲਰ ਨਿਯੁਕਤ ਕੀਤਾ ਗਿਆ। ਜੋਧਪੁਰ ਚ ਵੀਰ ਦੁਰਗਾਦਾਸ ਰਾਠੌੜ ਦੀ ਮੂਰਤੀ ਦਾ ਉਦਘਾਟਨ ਹੋਇਆ। ਰਾਜਸਥਾਨ ਦੇ ਪੁਸ਼ਕਰ ਵਿੱਚ ਸੈਂਡ ਆਰਟ ਪਾਰਕ ਤਿਆਰ ਕੀਤਾ ਗਿਆ। ਰਾਜਸਥਾਨ ਵਿੱਚ ਭਾਰਤ ਦੀ ਪਹਿਲੀ ਡਿਜੀਟਲ ਲੋਕ ਅਦਾਲਤ ਦਾ ਯੋਜਨ ਕੀਤਾ ਗਿਆ। ਭਾਰਤ ਦਾ ਪਹਿਲਾ ਸਭ ਮਹਿਲਾ ਸਹਿਕਾਰੀ ਬੈਂਕ ਰਾਜਸਥਾਨ ਦੇ ਵਿੱਚ ਸਥਾਪਿਤ ਕੀਤਾ ਗਿਆ। ਨੈਕਸਟ ਕੁਐਸ਼ਨ ਕਿਸ ਭਾਰਤੀ ਖਿਡਾਰੀ ਨੇ ਹਾਲ ਹੀ ਵਿੱਚ ਚੋਂਗਵੋਂਗ 2022 ਸ਼ੂਟਿੰਗ ਵਿਸ਼ਵ ਕੱਪ ਦੇ ਵਿੱਚ ਕਾਂਸੀ ਦਾ ਮੈਡਲ ਜਿੱਤੇ ਆ ਹਾਂਜੀ ਰੀਸੈਂਟਲੀ ਕਿਹੜੇ ਭਾਰਤੀ ਖਿਡਾਰੀ ਆ ਜਿਨ੍ਹਾਂ ਨੇ ਚੋਂਗਵੋਂਗ 2022 ਸ਼ੂਟਿੰਗ ਵਿਸ਼ਵ ਕੱਪ ਦੇ ਵਿੱਚ ਕਾਂਸੀ ਦਾ ਮੈਡਲ ਜਿੱਤੇ ਆ ਤਾਂ ਇਹਨਾਂ ਇਹ ਜਿੱਤੇ ਆ ਵਾ ਸਿੰਘ ਰਾਜ ਅਦਾਨਾ ਨੇ অপਸ਼ਨ ਨੰਬਰ B ਇਜ਼ ਦਾ ਰਾਈਟ ਆਂਸਰ ਤੇ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਸੀਗਾ ਕਿ ਆ ਚੌਂਗ ਵੌਂਗ 2022 ਸ਼ੂਟਿੰਗ ਦੇ ਵਿੱਚ ਹੀ 골ਡ ਮੈਡਲ ਜਿੱਤੇ ਆ ਰਾਹੁਲ ਜਾਖੜ ਨੇ ਠੀਕ ਹੈ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸ਼ਨ ਹਾਲ ਹੀ ਵਿੱਚ ਸਕਾ ਹਾਂਜੀ ਰੀਸੈਂਟਲੀ ਸਕਾਟਿਸ਼ ਇਹ ਤੁਸੀਂ ਯਾਦ ਰੱਖਣਾ ਸਕਾਟਿਸ਼ ਰੀਸੈਂਟਲੀ ਸਕਾਟਿਸ਼ ਮਿਊਜ਼ੀਅਮ ਨੇ ਭਾਰਤ ਨੂੰ ਕਿੰਨੀਆਂ ਪਰਾਚੀਨ ਕਲਾਕਿਰਤੀਆਂ ਵਾਪਸ ਕਰਨ ਲਈ ਇੱਕ ਸਮਝੌਤੇ ਤੇ ਦਸਖਤ ਕੀਤੇ ਆ ਹਾਂਜੀ ਸਕਾਟਿਸ਼ ਮਿਊਜ਼ੀਅਮ ਨੇ ਭਾਰਤ ਨੂੰ ਕਿੰਨੀਆਂ ਪਰਾਚੀਨ ਕਲਾਕਿਰਤੀਆਂ ਵਾਪਸ ਕਰਨ ਲਈ ਇੱਕ ਸਮਝੌਤੇ ਤੇ ਦਸਖਤ ਕੀਤੇ ਆ 7 অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹਾਂਜੀ ਇਸ ਦੇ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ